ਕਰਮ ਤੁਸੀਂ ਲਾਈਟਾਂ ਲਾ ਕੇ ਜਿੱਥੇ ਦਿਲ ਕਰਦਾ ਬਹਿ ਜਾਂਦੇ ਹੋ। ਮੈਂ ਮੈਨੂੰ ਕਹਿ ਰਿਹਾ ਫੋਨ ਤੂੰ ਚੁੱਕਿਆ, ਮੈਂ ਆਪਣਾ ਫੋਨ ਕਹਿੰਦਾ ਚੁੱਕਿਆ। ਅੱਛਾ ਉਹ ਪਹਿਲਾਂ ਤੇਰੇ ਤੇ ਇਹ ਵੀ ਇਤਰਾਜ਼ ਕਰਦੀ ਸਾਡਾ ਫੋਨ ਨਹੀਂ ਚੁੱਕਦਾ ਤੇ ਅੱਜ ਚੁੱਕ ਲਿਆ ਤੂੰ। ਉਹ ਨਹੀਂ ਯਾਰ, ਉਹ ਤੇ ਇੰਜ ਚੁੱਕਣ ਵਾਲਾ ਹੁੰਦਾ, ਮੈਂ ਚੋਰੀ ਚੋਰੀ ਚੁੱਕਿਆ। ਬਸ ਯਾਰ ਠੰਡ ਬੜੀ ਹੋ ਗਈ ਅੱਜ ਹੀ ਬਾਹਰ, ਤੌਬਾ ਦਾ ਮੁਕਾਮ ਹੋਇਆ, ਤੌਬਾ ਦਾ ਮੁਕਾਮ। ਓਏ ਤੁਹਾਨੂੰ ਪਤਾ ਸਰਦੀਆਂ 'ਚ ਭੰਗ ਜਿਹੜੀ ਆ ਨਾ ਉਹ ਹੱਡੀਆਂ ਦਾ ਸਿਰ ਲਾਈ ਜਾਂਦੀ। ਤੇਰੇ ਭੰਗ ਭੰਗ ਤੇਰੇ ਭੰਗ ਭੰਗ ਤੇਰੇ ਬਾਹਰ ਜਿਹੜਾ ਮੱਚ ਲਾਇਆ ਨਾ ਤੂੰ ਅੱਜ ਪੁੰਨੂ ਅੱਜ ਯਾਰ ਆਪਣਾ ਪਹਿਲਾ ਸ਼ੋਅ ਵੇ ਇੱਥੇ ਨਾਸਤੇ, ਸ਼ੁਕਰ ਅਲਹਮਦੁਲਿਲਾ, ਮਹਿਫਲ ਤੋਂ ਬਾਅਦ। ਹਾਂਜੀ, ਤੇ ਕੈਸਾ ਲੱਗ ਰਿਹਾ ਨਵਾਂ ਘਰ ਮਾਹੌਲ, ਕੈਸਾ ਲੱਗ ਰਿਹਾ? ਦੇਖੋ ਜੀ, ਘਰ ਤੇ ਸਾਰੇ ਆਪਣੇ ਨੇ, ਕਦੀ ਫਨਕਾਰ ਕਿਤੇ ਹੁੰਦਾ, ਕਦੀ ਫਨਕਾਰ ਕਿਤੇ ਹੁੰਦਾ, ਫਨਕਾਰ ਦੇ ਸਾਰੇ ਘਰ ਆਪਣੇ ਹੁੰਦੇ, ਸਾਰੇ ਘਰ ਆਪਣੇ ਹੁੰਦੇ ਨੇ। ਤੁਸੀਂ ਕਦੀ ਆਪਣੇ ਘਰ ਨਹੀਂ ਵੜਨ ਦਿੱਤੇ ਬਾਬਾ ਜੀ? ਨਾਸਤੇ ਪਹਿਲੇ ਵੀ ਬੜਾ ਕੰਮ ਕੀਤਾ ਡਾਕਟਰ ਅਜਮਲ ਸਾਹਿਬ, ਜਦੋਂ ਸਟਾਰਟ ਆ ਇਹਨਾਂ ਲਾਹੌਰ ਚ, ਸਮਝ ਲਓ ਕਿ ਉਦੋਂ ਵੀ ਉਹ ਨਾਸਤੇ ਵਿੱਚ ਹੀ ਬੜਾ ਵੱਡਾ ਜੰਪ ਕਰਵਾਇਆ ਸੀ, ਉਹ ਤੌਬਾ ਦਾ ਮੁਕਾਮ ਹੈ, ਉਦੋਂ ਵੀ ਅਸੀਂ ਕੰਮ ਕੀਤਾ ਇਹਨਾਂ ਨਾਲ। ਬਿਲਕੁਲ। ਤੇ ਉਸ ਤੋਂ ਬਾਅਦ ਅੱਲਾ ਤੁਹਾਡਾ ਭਲਾ ਕਰੇ ਭਾਈ, ਮਹਿਫਲ ਤੇ ਬੜੇ ਮਜ਼ੇ ਆਏ ਨੇ ਜਿੰਨੀ ਦੇਰ ਨੇ। ਹਾਂਜੀ ਭਾਜੀ, ਇਸ ਗੱਲ ਦਾ ਮੈਨੂੰ ਵੀ ਬੜਾ ਪਤਾ, ਲੇਕਿਨ ਗੱਲ ਪਤਾ ਸੁਣਿਆ ਕੀ ਹੈ, ਇੱਥੇ ਕਿਹੜੇ ਮਜ਼ੇ ਆ ਰਹੇ ਨੇ ਸੁਣੇ, ਇਹਦਾ ਹੁਣ ਕੀ ਕਰ। ਕਿਹੜੇ ਬੰਦਿਆਂ ਨਾਲ ਜ਼ਿਆਦਤੀਆਂ ਹੁੰਦੀਆਂ ਵੀ ਪਾਣੀ ਨੀ ਪਹੁੰਚਦਾ ਉੱਥੇ, ਉਹਨਾਂ ਲੋਕਾਂ ਨੂੰ ਡਿਵੈਲਪਮੈਂਟ ਨੀ ਮਿਲੀ ਜਾਂਦੀ। ਵਕੀਲ ਬਣ ਗਿਆ ਕਿ ਬੰਦਾ, ਤੇ ਉਹਦੇ ਲਈ ਅਦਾਲਤ ਨੀ ਹੈਗੀ, ਵਕਾਲਤ ਨੇ ਲਕਸ਼ਮੀ ਚੌਂਕ ਲੋ ਕੇ ਕਰਨੀ। ਡਰਾਮੇ ਦੇ ਵਿੱਚ ਰੋਲ ਪੁੰਨੂ ਜਿਹੜਾ ਤੇਰਾ ਹੈ, ਬੜਾ ਮਜ਼ੇਦਾਰ, ਮੈਨੂੰ ਬੜਾ ਮਜ਼ਾ ਲੈ। ਦੇਖੋ ਇਹ ਜਿਹੜਾ ਮੈਂ ਇਸ ਟਾਈਮ ਟੂਨ ਟੈਂਪ ਰੱਖਿਆ ਨਾ, ਇਹ ਤੁਹਾਨੂੰ ਲੱਗੇਗਾ ਨਸ਼ਈ ਵਾਲਾ। ਮੈਂ ਨਾ ਚਰਚ ਉਸ ਵੀ ਪੀ ਲੈਂਦਾ ਭਾਈ, ਭੰਗ ਭੁੰਗ ਵੀ ਪੀ ਲਈ ਦੀ, ਉਹਦੀ ਵਜ੍ਹਾ ਨਾਲ ਮੈਂ ਜ਼ਰਾ ਡਬਲ ਸ਼ੇਡ ਰੱਖੀ। ਆਲਰਾਊਂਡਰ ਨਸ਼ਈ, ਆਲਰਾਊਂਡਰ ਅੱਲਾ ਦੇ ਹੁਕਮ ਨਾਲ ਜੋ ਵੀ ਆਇਆ ਨਾ ਜ਼ਿੰਦਗੀ ਚ ਉਡਾ ਦਿੱਤਾ, ਰਗੜਤਾ ਮੈਂ ਕਹਿੰਦਾ ਹਟ ਜਾ ਪਿੱਛੇ। ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਪੁੰਨੂ ਕਿ ਜਿਹੜਾ ਵੀ ਰੋਲ ਤੈਨੂੰ ਦਿੱਤਾ ਜਾਂਦਾ ਨਾ, ਤੂੰ ਹਮੇਸ਼ਾ ਹੁੰਦਾ ਇਨਸਾਫ ਕਰ। ਬਹੁਤ ਚੰਗਾ, ਇਹ ਨਹੀਂ ਕਿ ਮੇਰਾ ਭਾਈ ਇਹ ਛੋਟਾ, ਮੈਂ ਇਸ ਲਈ ਤਾਰੀਫ ਕਰ ਰਿਹਾ, ਤੁਸੀਂ ਵਧੀਆ ਹੈਗੇ, ਇਹ ਵਾਕਈ ਡਿਜ਼ਰਵ ਕਰਦਾ ਹੈ ਪੁੰਨੂ, ਕਿ ਜਿਹੜੇ ਵੀ ਰੋਲ ਚ ਇਹਨੂੰ ਲਿਆਂਦਾ, ਇਹਨੇ ਉਹਨੂੰ ਪੂਰਾ ਫੀਲ ਕੀਤਾ ਆਪਣੇ ਨਾਲ, ਤਾਰੀ ਕਰਕੇ ਔਰ ਖੁੱਬ ਜਾਂਦਾ ਕੰਮ 'ਚ, ਔਰ ਬੜਾ ਐਨਰਜੈਟਿਕ ਆਰਟਿਸਟ ਹੈ, ਬੜੇ ਘੱਟ ਆਰਟਿਸਟ ਐਸੇ ਨੇ ਜਿਹੜੇ ਕਿ ਇਹ ਬਕਾਇਦਾ ਲੱਗ ਰਿਹਾ ਹੁੰਦਾ ਕਿ ਪੁੰਨੂ ਇੰਨਾ ਕੁ ਬਿਜ਼ੀ ਹੈ ਕਿ ਪੂਰੀ ਟੀਮ ਹੀ ਨਹੀਂ ਬਿਜ਼ੀ ਨਹੀਂ। ਹਾਂਜੀ ਬਾਬਾ, ਇਹਨੂੰ ਆਪਣੀ ਪਈ ਹੈ। ਨਹੀਂ ਅੱਲਾ ਜ਼ਿੰਦਗੀ ਤੰਦਰੁਸਤੀ ਦੇ ਜੀ, ਆਫਤਾਬ ਇਕਬਾਲ ਸਾਹਿਬ ਨੇ ਬੜੀ ਗਰੂਮਿੰਗ ਕੀਤੀ ਹੈ ਸਾਡੀ ਜ਼ਿੰਦਗੀ ਦੇ, ਨੋ ਡਾਊਟ, ਬੜੀ ਸੋ ਨਾਈਸ ਪਰਸਨ ਹੈ। ਮੈਂ ਕਹਿੰਦਾ ਕੋ ਕੰਮ ਕਰਕੇ ਦੇਖ, ਤੁਹਾਨੂੰ ਪਤਾ ਲੱਗੇ ਸੋ ਨਾਈਸ। ਪਹਿਲੇ ਦਬਕੇ 'ਚ ਤੁਹਾਡਾ ਰੰਗ ਨਾ ਨਾ ਚਿੱਟਾ ਹੋ ਗਿਆ, ਮੈਨੂੰ ਫੜ ਲੈਣਾ ਯਾਰ। ਪੁੰਨੂ ਵੀ ਕੰਮ ਤੇ ਫਿਰੇਂਜੀ ਸਿੱਖੇ ਜਾਂਦੇ ਨੇ, ਠੀਕ ਹੈ ਹਾਲ। ਗੱਲ ਤਾਂ ਸਹੀ ਕਰ ਰਿਹਾ, ਉਸਤਾਦ ਸਖਤੀ ਨਹੀਂ ਕਰੇਗਾ ਤੇ ਸ਼ਾਗਿਰਦ ਲਾਇਕ ਨਹੀਂ ਹੋਏਗਾ। ਦੇਖੋ ਵਜ਼ੀਮ ਸਾਹਿਬ, ਸਾਡੇ ਥੀਏਟਰ ਦੀ ਦੁਨੀਆ 'ਚ ਉਸਤਾਦ ਮੁੱਕੇ ਨੇ ਨਾ, ਤੇ ਸਖਤੀ ਹੋਣੀ ਬੰਦ ਹੋ ਗਈ, ਕੋ ਸਟਾਰ ਬਣਨੇ ਵੀ ਬੰਦ ਹੋ ਗਏ। ਹਾਏ ਹਾਏ, ਇਹੀ ਗੱਲ ਸੀ। ਆਫਤਾਬ ਇਕਬਾਲ ਸਾਹਿਬ ਸਖਤੀ ਜ਼ਰੂਰ ਕਰਦੇ ਨੇ, ਮਗਰ ਸਟਾਰ ਐਸਾ ਬਣਾ ਦਿੰਦੇ ਨੇ ਕਿ ਪੂਰੀ ਦੁਨੀਆ ਦੇ ਨਾਮ ਕਾਮ ਯਾਰ, ਕੋਈ ਸ਼ੱਕ ਨਹੀਂ, ਨੋ ਡਾਊਟ ਕਿ ਸਟਾਰ ਮੇਕਰ ਨੇ। ਤਾਰਕ ਜੋਹਰ ਸਾਹਿਬ ਅੱਲਾ ਜਿੰਦਾ ਹੀ ਘਰ ਕਰੇ, ਇਹ ਕ੍ਰੀਏਟਰ ਲੋਕ ਹੋਏ ਨੇ। ਦੇਖੋ ਉਹ ਹੈਗੇ ਸੀ ਨਾ ਤੇ ਸਟਾਰ ਤੜਾ ਤੜ ਬਣ ਰਹੇ ਸੀ, ਬੇਸ਼ੱਕ ਜਦੋਂ ਦੇ ਹੋ ਗਏ ਨੇ ਉਦੋਂ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਹੁਣ। ਡਾਕਟਰ ਅਜਮਲ ਸਾਹਿਬ ਮਿਹਨਤ ਕਰ ਰਹੇ ਨੇ, ਦੇਖੋ ਨਾ ਹੁਣ 12 ਥੀਏਟਰ ਚੱਲਣ ਡਏ ਨੇ, ਉਹਦੇ ਚੋਂ ਇੱਕ ਬੰਦਾ ਚਾਹ ਰਿਹਾ ਕਿ ਮੈਂ ਡਰਾਮਾ ਕਰਨਾ, ਤੁਹਾਨੂੰ ਆਪ ਖਵਾਵਾਂਗਾ ਮਟਰ ਕੀਮਾ ਸੋਨਾ ਅਦਰਕ ਕੱਟ ਕੇ, ਉੱਤੇ ਹਰੀਆਂ ਮਿਰਚਾਂ ਨਾਲ, ਧਨੀਆ ਦਾ ਚੱਟਾ ਨਾਲ, ਭੁੱਲ ਕੇ ਮੱਖਣ ਨਾਲ। ਉਹ ਭੁੱਖ ਲਵਾਤੀ ਮਰਵਾਤਾ ਥਾਂ, ਇੱਕ ਤੇ ਫਨਕਾਰ ਨੂੰ ਭੁੱਖ ਬੜੀ ਹੈ। ਅੱਛਾ ਜੀ, ਹੁਣ ਤੁਸੀਂ ਅੱਲਾ ਖੈਰ ਕਰੇ ਤੁਹਾਡੇ ਚੈਨਲ ਨੂੰ ਦਿਨ ਰਾਤ ਰੱਖੀਆਂ ਮਿਲਣ। ਅਜ਼ੀਮ ਵਿੱਕੀ ਸਾਹਿਬ ਦਾ ਚੈਨਲ ਜੀ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ,
ਤੇ ਮੈਂ ਤੁਹਾਨੂੰ ਇਹਦੇ ਤੇ ਕਿਸੇ ਨਾ ਕਿਸੇ ਰੂਪ ਚ ਮਿਲਦਾ ਰਵਾਂਗਾ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਸਾਡੇ ਵੱਡੇ ਭਾਈ ਨੇ ਨਾ ਇਹਨਾਂ ਚ ਰੈਕਟ ਹੈ ਨਾ ਇਹਨਾਂ ਚ ਕਿਊ ਹੈ ਕੈਸਾ ਅਸੀਂ ਇਹਨਾਂ ਨਾਲ ਜ਼ਿੰਦਗੀ ਹੋ ਗਈ ਕੰਮ ਕਰ ਰਹੇ ਹਾਂ ਭਾਈ ਮੈਂ ਸਾਰੇ ਗਿਲੇ ਕੱਢਨੇ ਆ ਕਿ ਕੋਈ ਗੱਲ ਨਹੀਂ ਕੱਢਣੀ ਐਡੀਟਰ ਭਾਈ ਗੱਲ ਕੋਈ ਇਹ ਇਹ ਚੀਜ਼ਾਂ ਅੱਗੋਂ ਵੀ ਨਹੀਂ ਲੱਭਣੀਆਂ ਤੈਨੂੰ ਅੱਲਾ ਦੇ ਇਹ ਜਣੀਆਂ ਇਹ ਲੌਂਗ ਟਾਈਮ ਹੀ ਇੰਜਨ ਤੁਸੀਂ ਸਾਨੂੰ ਐਂ ਦੇ ਕਬੂਲ ਹੋ ਭਾਈ ਅੱਲਾ ਤੁਹਾਨੂੰ ਜ਼ਿੰਦਗੀ ਦਾਨ ਬੈਸਟ ਆਫ ਲੱਕ ਪੁੱਲੂ ਵਿਸ਼ ਆਲ ਦਾ ਬੈਸਟ ਯਾਰ ਖੈਰ ਹੋਵੇ ਜੀ ਜਿੰਦੇ ਰਹੋ ਹੱਸਦੇ ਰਹੋ ਆਬਾਦ ਰਹੋ ਯਾਰ ਅੱਲਾ ਹਾਫਿ ਆ ਮੇਰਾ ਚੇਲਾ ਹੈਗਾ ਉਹਨਾਂ ਨੂੰ ਭੇਜਣਾ ਉਹਨੂੰ ਕਹਿਣਾ ਤੈਨੂੰ ਬੂਟੀ ਬੁਲਾ ਰਿਹਾ ਆ ਰਿਹਾ ਹੈ ਉਹਨੂੰ ਮੈਕ ਦੇ ਜਾ ਪੁੱਤਰ ਨਾਲ ਨਹੀਂ ਹੁੰਦਾ ਜੀ ਵੀਵੈਂਟਸ ਇਸ ਵਕਤ ਮੇਰੇ ਸਾਥ ਮੌਜੂਦ ਹੈ ਹਮਾਰੇ ਬੜੇ ਭਾਈ ਹਮਾਰੇ ਉਸਤਾਦ ਹਮਾਰੇ ਜਿਗਰ ਜਾਨੀ ਹਮਾਰੇ ਮਾਈ ਬਾਪ ਔਰ ਜਿਤਨਾ ਕਾਮ ਹਮਨੇ ਇਨਸੇ ਸਿੱਖਾ ਹੈ ਆਈ ਥਿੰਕ ਸੋ ਮੇਰਾ ਖਿਆਲ ਹੈ ਕਿ ਸ਼ਾਇਦ ਪਹਿਲੇ ਹਮਨੇ ਸ਼ਾਇਦ ਨਾ ਸਿੱਖਾ ਹੋ ਜਿਤਨਾ ਕੁਛ ਵੀ ਹਮ ਕਰਤੇ ਹੈ ਜੋ ਕੁਛ ਵੀ ਹਮੇਂ ਕਰਵਾਤੇ ਹੈ ਇਹ ਹਮਾਰੇ ਉਸਤਾਦ ਜੀ ਕਾ ਕ੍ਰੈਡਿਟ ਹੈ ਡਾਕਟਰ ਅਜਮਲ ਮਲਿਕ ਸਾਹਿਬ ਕਿਸੇ ਤਾਰਫ ਕੇ ਮੁਤਾਜ ਤੋਂ ਨਹੀਂ ਹੈ ਫਿਰ ਵੀ ਦੱਸਣਾ ਜ਼ਰੂਰੀ ਜੀ ਉਸਤਾਦ ਜੀ ਅਕਸਰ ਲੋਕ ਜਿਹੜੇ ਨੇ ਨਾ ਉਹ ਉਹਨਾਂ ਨੂੰ ਇਹ ਤਾਂ ਪਤਾ ਵੀ ਡਾਕਟਰ ਅਜਮਲ ਇੱਕ ਡਰਾਮਾ ਡਾਇਰੈਕਟਰ ਹੈ ਨੋ ਡਾਊਟ ਲੇਕਿਨ ਕਿਉਂਕਿ ਤੁਸੀਂ ਤਾਂ ਮਾਸ਼ਾਅੱਲਾ ਸੁਪਰ ਸਟਾਰ ਹੋ ਸਟੇਜ 'ਤੇ ਜਾਂਦੇ ਹੋ ਪਬਲਿਕ ਨੂੰ ਹਸਾਉਂਦੇ ਹੋ ਅਤੇ ਮੇਰੇ ਨਾਂ ਤੋਂ ਵਾਕਫ ਨੇ ਤੁਹਾਡੇ ਫੇਸ ਨੂੰ ਵੇਖ ਕੇ ਤਾਲੀਆਂ ਵਜਾਉਂਦੇ ਨੇ ਉਸਤਾਦ ਜੀ ਜਿੰਨੇ ਤੁਹਾਡੇ ਨਾਂ ਤੋਂ ਵਾਕਫ ਨੇ ਸ਼ਾਇਦ ਸਾਡੇ ਫੇਸ ਤੋਂ ਵੀ ਨਹੀਂ ਕੋਈ ਸ਼ੱਕ ਨਹੀਂ ਤੁਹਾਡੀ ਮੁਹੱਬਤ ਹੈ ਅਤੇ ਉਹ ਸ਼ਕਲ ਤੋਂ ਬਹੁਤ ਘੱਟ ਲੋਕ ਵਾਕਫ ਨੇ ਲੇਕਿਨ ਨੋ ਡਾਊਟ ਅਬਾਊਟ ਡੈਟ ਕਿ ਡਾਕਟਰ ਅਜਮਲ ਮਲਿਕ ਸਾਹਿਬ ਇੱਕ ਬ੍ਰਾਂਡ ਦਾ ਨਾਮ ਉਸਤਾਦ ਜੀ ਇਹ ਤੁਸੀਂ ਸਾਨੂੰ ਇਜਾਜ਼ਤ ਦਿਓ ਇੰਨੀ ਕਿ ਤੁਹਾਡੀ ਗੱਲ ਕਰ ਅੱਲਾ ਦੀ ਕਰਮ ਨਵਾਜ਼ੀ ਹੈ ਮੈਨੂੰ ਇਸ ਗੱਲ ਤੇ ਫਖਰ ਹੈ ਬੇਸ਼ੱਕ ਬੇਸ਼ੱਕ ਸ਼ੁਕਰੀਆ ਔਰ ਅਸੀਂ ਜਿੰਨਾ ਵੀ ਕੰਮ ਕਰ ਰਹੇ ਹੋ ਉਸਤਾਦ ਜੀ ਮੇਰਾ ਖਿਆਲ ਹੈ ਬਹੁਤ ਸਿੱਖਿਆ ਤੁਹਾਡੇ ਕੋਲੋਂ ਅਸੀਂ ਔਰ ਇਹ ਜ਼ਿੰਦਗੀ ਸਾਡੇ ਅੱਗੇ ਵੀ ਕੰਮ ਆਏਗਾ ਹੁਣ ਤਾਂ ਆ ਹੀ ਰਿਹਾ ਲੇਕਿਨ ਆਉਣ ਵਾਲੀ ਜ਼ਿੰਦਗੀ 'ਚ ਵੀ ਸਾਡੇ ਬਹੁਤ ਕੰਮ ਆਏ ਬੜੇ ਫਨਕਾਰ ਹੋ ਅਸੀਂ ਵਿੱਕੀ ਸਾਹਿਬ ਮੈਂ ਜੋ ਕੁਛ ਸੋਚਣਾ ਵਾਂ ਕਿ ਵੀ ਇੰਝ ਹੋਣਾ ਚਾਹੀਦਾ ਤੁਸੀਂ ਉਹਦੇ 'ਤੇ ਅਮਲ ਕਰਕੇ ਉਹਨੂੰ ਉਂਝ ਹੀ ਕਰ ਦਿੰਦੇ ਹੋ ਅਤੇ ਫਿਰ ਮੈਂ ਉਹਦੇ 'ਚੋਂ ਸਿੱਖਣਾ ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਸਤਾਦ ਜੀ ਆਫਟਰ ਸ਼ੋ ਆ ਕੇ ਗੱਲੇ ਨਾਲ ਲਾਉਂਦੇ ਨੇ ਇਹਨਾਂ ਤੋਂ ਬਕਾਇਦਾ ਮੱਥਾ ਵੀ ਚੁੰਮਦੇ ਨੇ ਔਰ ਫਿਰ ਬਕਾਇਦਾ ਐਪਰੀਸ਼ੀਏਟ ਕਰਦੇ ਨੇ ਕਿ ਯਾਰ ਵੈਲ ਡਨ ਮਜ਼ਾ ਆਇਆ ਅਤੇ ਉਹ ਐਡਾ ਦਿਲ ਹੋ ਜਾਂਦਾ ਫਿਰ ਉਹ ਸਾਡੇ ਲਈ ਉਸਤਾਦ ਜੀ ਅਵਾਰਡ ਹੈ ਸਾਡੇ ਲਈ ਜਿਹੜੀ ਗੱਲ ਅਲਹਮਦੁਲਿਲਾ ਤੂੰ ਤੁਹਾਡੀ ਸਟੇਜ 'ਤੇ ਖਲੋ ਕੇ ਹਰ ਕੀਤੀ ਹੋਈ ਮੂਵ ਹਰ ਕੀਤੀ ਹੋਈ ਗੱਲ ਹਰ ਕੀਤੀ ਹੋਈ ਜੁਗਤ ਇੱਕ ਅਵਾਰਡ ਹੈ ਅੱਛਾ ਉਸਤਾਦ ਜੀ ਹਾਊ ਯੂਅਰ ਫੀਲਿੰਗ ਹੈ ਜਿਹੜਾ ਅਸੀਂ ਮਾਈਗ੍ਰੇਟ ਕਰਕੇ ਅਸੀਂ ਨਾਲ ਸਿੱਟ ਰਹੇ ਹਾਂ ਇੱਕ ਨਵੇਂ ਦੌਰ ਦਾ ਆਗਾਜ਼ ਅਸੀਂ ਕਰਨ ਲੱਗੇ ਹਾਂ ਅੱਜ ਵਾਲੇ ਦਿਨ ਤੋਂ ਅਲਹਮਦੁਲਿਲਾ 15 ਦਸੰਬਰ ਤੋਂ ਜੀ ਅਲਹਮਦੁਲਿਲਾ ਅਤੇ ਕੈਸਾ ਉਸਤਾਦ ਜੀ ਲੱਗ ਰਿਹਾ ਮੈਂ ਵਿੱਕੀ ਸਾਹਿਬ ਗੁਜ਼ਾਰਿਸ਼ ਹੈ ਕਿ ਬਿਲਡਿੰਗਾਂ ਜਿਹੜੀਆਂ ਨਾ ਜੀ ਉਹ ਹਾਏ ਹਾਏ ਸਿਰ ਛੁਪਾਉਣ ਵਾਸਤੇ ਹੁੰਦੀਆਂ ਨੇ ਆਹਾ ਅਤੇ ਬਿਲਡਿੰਗਾਂ ਬਗੈਰ ਇਨਸਾਨਾਂ ਦੇ ਖੰਡਰ ਬਣ ਜਾਂਦੀਆਂ ਨੇ ਓਹ ਅਤੇ ਬਹੁਤ ਬਿਲਡਿੰਗ ਉਹ ਜਿਹਦਾ ਪਲਸਤਰ ਵੀ ਥਾਂ ਥਾਂ ਤੋਂ ਉਖੜਿਆ ਹੋਇਆ ਹੋਵੇ ਅਤੇ ਉਹਦੇ ਬੂਹੇ ਵੀ ਟੁੱਟੇ ਹੋਏ ਹੋ ਆਹਾ ਅਤੇ ਉੱਥੇ ਹਜ਼ਰਤ ਇਨਸਾਨ ਦਾ ਕਦਮ ਪੈ ਜਾਵੇ ਵਾਹ ਵਾਹ ਅਤੇ ਉੱਥੇ ਰੌਣਕ ਆ ਜਾਂਦੀ ਹੈ ਅਤੇ ਨਾਲ ਥੀਏਟਰ 'ਤੇ ਇੱਕ ਤਾਰੀਖੀ ਥੀਏਟਰ ਦੀ ਹੈਸੀਅਤ ਰੱਖਦਾ ਬੇਸ਼ੱਕ ਉਸਤਾਦ ਜੀ ਮੈਨੂੰ ਅੱਜ ਵੀ ਉਹ ਦੌਰ ਯਾਦ ਹੈ ਉਸਤਾਦ ਜੀ ਬੜਾ ਅਰਸਾ ਪਹਿਲੇ ਦੀ ਗੱਲ ਹੈ ਕਿ ਜਦੋਂ ਪਹਿਲੇ ਵੀ ਤੁਸੀਂ ਇਸ ਥੀਏਟਰ ਨੂੰ ਇੱਕ ਦਫ਼ਾ ਜੰਪ ਕਰਵਾਇਆ ਸੀ ਔਰ ਇਸ ਕਿਸਮ ਦਾ ਜੰਪ ਕਰਵਾਇਆ ਸੀ ਬਹਾਵਲਪੁਰ ਤੋਂ ਜਦੋਂ ਲਾਹੌਰ ਆਇਆ ਸਾਂ ਮੈਂ ਸਿੱਧਾ ਨਾਜ਼ ਥੀਏਟਰ ਆਇਆ ਸਾਂ ਮੈਨੂੰ ਉਦੋਂ ਬੜਾ ਡਰਾਇਆ ਗਿਆ ਸੀ ਕਿ ਇੱਥੇ ਪਤਾ ਨਹੀਂ ਜਿੰਨ ਦਾ ਨਾਜ਼ ਦੱਸਦਾ ਠੀਕ ਹੈ ਜੀ ਅੱਲਾ ਦੀ ਰਹਿਮਤ ਹੋਈ ਕਿ ਸਾਰੀ ਦੁਨੀਆ ਨੇ ਵੇਖਿਆ ਕਿ ਉਦੋਂ ਵੀ ਫਿਰ ਮੈਂ 5-6 ਸਾਲ ਇਸ ਥੀਏਟਰ ਨੂੰ ਚਲਾਇਆ ਬਿਲਕੁਲ ਇੰਜ ਦਾ ਚਲਾਇਆ ਕਿ ਦੁਨੀਆ ਨੇ ਇਹਨੂੰ ਰੱਜ ਕੇ ਵੇਖਿਆ ਬਿਲਕੁਲ ਅਤੇ ਇਹ ਸਾਡਾ ਨਾਜ਼ ਥੀਏਟਰ ਜਿਹੜਾ ਹੈ ਇਹ ਬਹੁਤ ਸਾਰੇ ਐਕਟਰ ਇੱਥੋਂ ਪੈਦਾ ਹੋਏ ਨੇ ਇਹ ਸਕੂਲ ਹੈ ਇਸ ਟਾਈਮ ਜਿੰਨੀ ਖੇਪ ਇਸ ਵੇਲੇ ਲਾਹੌਰ ਥੀਏਟਰਾਂ ਦੇ ਵਿੱਚ ਹਿੱਟ ਹੈ ਅਜ਼ੀਮ ਵਿੱਕੀ ਹੈ ਅਕੀਲ ਹੈਦਰ ਹੈ ਰਜ਼ੀ ਖਾਨ ਹੈ ਬਿਲਕੁਲ ਬਿਲਕੁਲ ਹੈ ਸਾਕੀ ਖਾਨ ਹੈ ਠੀਕ ਹੈ ਨਾ ਜੀ ਇਸੇ ਤਰ੍ਹਾਂ ਹੀ ਵਾਜਿਦ ਖਾਨ ਹੈ ਨਦੀਮ ਬਰਾਲ ਮਰਹੂਮ ਆਮਿਰ ਸੋਨਾ ਜਿੰਨੀ ਖੇਪ ਇਸ ਵੇਲੇ ਹਾਮਿਦ ਰੰਗੀਲਾ ਸਾਹਿਬ ਸ਼ਾਹਿਦ ਖਾਨ ਸਾਹਿਬ ਜਿੰਨੀ ਖੇਪ ਇਸ ਵੇਲੇ ਹਿੱਟ ਹੈ ਜਿਨ੍ਹਾਂ ਦੇ ਸਿਰ 'ਤੇ ਸਾਰੇ ਥੀਏਟਰ ਚੱਲ ਰਹੇ ਨੇ ਉਹ ਸਾਰੀ ਖੇਪ ਨਾਜ਼ ਥੀਏਟਰ ਤੋਂ ਹਿੱਟ ਹੋਈ ਕੋਈ ਸ਼ੱਕ ਨਹੀਂ ਬੇਸ਼ੱਕ ਭਾਗਾਂ ਵਾਲੀ ਜਗ੍ਹਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਅਤੇ ਅਸੀਂ ਇੱਕ ਵਾਰੀ ਫਿਰ ਇੱਕ ਮੈਂ ਇਕੱਲਾ ਨਹੀਂ ਆਇਆ ਇੱਥੇ ਨਾਲ ਮੇਰੇ ਸਿਰਫ ਅਜ਼ੀਮ ਵਿੱਕੀ ਨਹੀਂ ਆਇਆ ਅਲਹਮਦੁਲਿਲਾ ਦੁਨੀਆ ਭਰ ਦੀ ਥੀਏਟਰ ਦੀ ਸੁਪਰ ਹਿੱਟ ਤਰੀਨ ਟੀਮ ਨਾਜ਼ ਥੀਏਟਰ 'ਚ ਆਈ ਹੈ ਜਿਹਨਾਂ ਨੂੰ ਲੋਕ ਅਤੇ ਪਬਲਿਕ ਵੇਖਣਾ ਪਸੰਦ ਕਰਦੇ ਨੇ ਅਤੇ ਉਹ ਟੀਮ ਇਹਨਾਂ ਦਾ ਇੱਕ ਐਕਟਰ ਕਿਧਰੇ ਜੰਗਲ 'ਚ ਚਲਾ ਜਾਵੇ ਅਤੇ ਉੱਥੇ ਜੰਗਲ 'ਚ ਮੰਗਲ ਹੋ ਜਾਂਦਾ ਹੈ ਅਤੇ ਸਾਰੀ ਟੀਮ ਇੱਥੇ ਅਲਹਮਦੁਲਿਲਾ ਪੂਰੀ ਫੈਮਿਲੀ ਉਸਤਾਦ ਔਰ ਅੱਛਾ ਡਰਾਮਾ ਦੁਨੀਆ ਦੇ ਜਿਸ ਕੋਨੇ 'ਤੇ ਵੀ ਹੋਏਗਾ ਬਿਲਕੁਲ ਉਹਨੂੰ ਜ਼ਰੂਰ ਪਬਲਿਕ ਵੇਖਣ ਜਾਏਗੀ ਅਤੇ ਇਸ ਟੀਮ ਦੀ ਸਪੈਸ਼ਲਿਟੀ ਇਹ ਹੈ ਵਜਹ ਮਕਬੂਲੀਅਤ ਜਿਹੜੀ ਹੈ ਨਾ ਉਹ ਤਗੜਾ ਔਰ ਅੱਛਾ ਡਰਾਮਾ ਹੈ ਔਰ ਅਸੀਂ ਇਨਸ਼ਾਅੱਲਾ ਨਾਜ਼ ਥੀਏਟਰ ਦੇ ਵਿੱਚ ਅੱਜ ਤੋਂ ਲੈ ਕੇ ਆਉਣ ਵਾਲੇ ਵਕਤ ਤੱਕ ਨਵੇਂ ਕਾਮਯਾਬ ਅਤੇ ਸੁਪਰ ਹਿੱਟ ਡਰਾਮਿਆਂ ਦੀ ਬੁਨਿਆਦ ਰੱਖਣ ਲੱਗੇ ਹਾਂ ਇਨਸ਼ਾਅੱਲਾ ਔਰ ਇੱਥੇ ਉਹ ਕੰਮ ਹੋਏਗਾ ਜਿਹੜਾ ਥੀਏਟਰ ਦੀ ਦੁਨੀਆ 'ਚ ਅੱਜ ਤੱਕ ਨਹੀਂ ਹੋਇਆ ਪਹਿਲਾ ਡਰਾਮਾ ਗਾਓਂ ਕੀ ਗੋਰੀ ਇੱਕ ਐਸਾ ਸਬਜੈਕਟ ਹੈ ਕਿ ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਐਸਾ ਸਬਜੈਕਟ ਇਸ ਮੌਜੂਦ 'ਤੇ ਡਰਾਮਾ ਅੱਜ ਤੱਕ ਥੀਏਟਰ ਦੀ ਦੁਨੀਆ 'ਚ ਨਹੀਂ ਹੋਇਆ ਜੀ ਉਸਤਾਦ ਜੀ ਮੈਂ ਪਹਿਲੇ ਵਾਕਈ ਮੈਂ ਅੱਜ ਜਦੋਂ ਥੀਏਟਰ ਆਇਆ ਨਾ ਅਤੇ ਆਪਸ 'ਚ ਸਾਰੇ ਆਰਟਿਸਟ ਬੈਠੇ ਸਾਂ ਔਰ ਡਿਸਕਸ ਹੋ ਰਹੀ ਸੀ
ਕਿ ਯਾਰ ਵਾਕਿਆਤਨ ਜੀ ਇਹ ਜਿਹੜਾ ਸਬਜੈਕਟ ਇੰਨਾ ਕੁ ਉਸਤਾਦ ਜੀ ਦਾ ਮਜ਼ਾ ਆਇਆ ਅਲਹਮਦੁਲਿਲਾ ਸਾਨੂੰ ਰਿਹਰਸਲ 'ਚ ਨਾ ਮਜ਼ਾ ਆ ਰਿਹਾ ਸੀ ਅਤੇ ਲਾਈਵ ਅੱਜ ਜਾ ਕੇ ਅਤੇ ਕਮਾਲ ਹੋ ਜਾਏਗੀ ਔਰ ਇਨਸ਼ਾਅੱਲਾ ਨਾਜ਼ ਥੀਏਟਰ 'ਚ ਸਾਡੀ ਟੀਮ ਦਾ ਹਰ ਆਉਣ ਵਾਲਾ ਡਰਾਮਾ ਇਨਸ਼ਾਅੱਲਾ ਉਹ ਇੱਕ ਮੁਨਫਰਿਦ ਸਬਜੈਕਟ ਹੋਏਗਾ ਅਤੇ ਹਾਂ ਹਰ ਆਉਣ ਵਾਲਾ ਡਰਾਮਾ ਇੱਕ ਛੱਕਾ ਹੋਏਗਾ ਅਤੇ ਛੱਕਾ ਵੇਖਣ ਵਾਸਤੇ ਤਾਂ ਸਾਨੂੰ ਜਿਹੜੇ ਤਿਆਰ ਕਰਨ ਵਾਲੇ ਆਏ ਨੇ ਉਹ ਆਉਂਦੇ ਨੇ ਅਤੇ ਉਹ ਆਉਂਦੇ ਰਹਿਣਗੇ ਅਤੇ ਇੱਥੇ ਰੌਣਕਾਂ ਲੱਗੀਆਂ ਇਨਸ਼ਾਅੱਲਾ ਸਰ ਜੀ ਬਹੁਤ ਸ਼ੁਕਰੀਆ ਸਰ ਜੀ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡੇ ਅੱਜ ਖੈਰ ਖਾਸ ਤੌਰ 'ਤੇ ਜੀ ਅਲਹਮਦੁਲਿਲਾ ਬਹੁਤ ਜ਼ਿਆਦਾ ਤੁਹਾਡੇ ਕੋਲ ਨਾ ਮਸਰੂਫੀਅਤ ਹੈ ਔਰ ਇੱਡੇ ਟਫ ਟਾਈਮ 'ਚੋਂ ਸਾਡੇ ਲਈ ਟਾਈਮ ਕੱਢਿਆ ਸਰ ਜੀ ਬਹੁਤ ਸ਼ੁਕਰੀਆ ਅਸਲਾਮ ਵਾਲੇਕਮ ਜੀ ਇਟਸ ਮੀ ਅਜ਼ੀਮ ਮਿੱਕੀ ਔਰ ਆਪ ਦੇਖ ਰਹੇ ਅਜ਼ੀਮ ਮਿੱਕੀ ਆਫੀਸ਼ੀਅਲ ਜੈਸਾ ਕਿ ਆਪਕਾ ਮਲੂਮ ਹੈ ਸੋਸ਼ਲ ਮੀਡੀਆ ਕੇ ਜ਼ਰੀਏ ਆਪਕੋ ਯੇ ਇਤਲਾਤ ਮਿਲ ਗਈ ਹੋਗੀ ਪਹਿਲੇ ਆਲਰੇਡੀ ਕਿ ਹਮਾਰੀ ਇਹ ਜੋ ਟੀਮ ਹੈ ਪੂਰੀ ਡਾਕਟਰ ਇਜ਼ਮਲ ਮਲਿਕ ਸਾਹਿਬ ਔਰ ਸੈਯਦ ਯੂਸਫ ਸਾਹਿਬ ਕੀ ਇਹ ਮਹਿਫਲ ਸੇ ਮਾਈਗ੍ਰੇਟ ਕਰਕੇ ਅਬ ਆ ਗਈ ਹੈ ਨਾਸਿਰ ਪੇ ਤੋ ਮਹਿਫਲ ਪੇ ਇੱਕ ਬੜਾ ਅੱਛਾ ਵਕਤ ਗੁਜ਼ਰਾ ਮਾਰਾ ਬੜਾ ਲੌਂਗ ਟਾਈਮ ਬਿਹਤਰੀਨ ਟਾਈਮ ਗੁਜ਼ਰਾ ਮਾਰਾ ਸਕਸੈਸਫੁਲ ਟਾਈਮ ਗੁਜ਼ਰਾ ਉਸਕੇ ਬਾਅਦ ਅਬ ਹਮ ਨਾਸ ਥੀਏਟਰ ਮੇਂ ਆ ਕੇ ਹਮਨੇ ਡੇਰੇ ਜਮਾਏ ਹੈ ਤੋ ਇਨਸ਼ਾਅੱਲਾ ਯਹਾਂ ਪਰ ਬਿਹਤਰੀਨ ਆਲਾ ਇਸਲਾਹੀ ਔਰ ਮਿਆਰੀ ਡਰਾਮੋ ਕਾ ਇੱਕ ਨਿਆ ਦੌਰ ਸ਼ੁਰੂ ਹੋਣੇ ਵਾਲਾ ਹੈ ਆਗਾਜ਼ ਹੋ ਚੁੱਕਾ ਹੈ ਅੱਜ ਕੇ ਦਿਨ ਸੇ ਤੋ ਮੇਰੇ ਸਾਥ ਮੇਰੀ ਟੀਮ ਕੇ ਦੋ ਮੈਂਬਰ ਨਾਸ ਥੀਏਟਰ ਮੇਂ ਮੌਜੂਦ ਹੈ ਇਸ ਵਕਤ ਹਮ ਔਰ ਮੇਰੇ ਸਾਥ ਮੌਜੂਦ ਹੈ ਮੇਰਾ ਛੋਟਾ ਭਾਈ ਮੇਰਾ ਸ਼ਰਾਦਾ ਮੇਰਾ ਚੀਤਾ ਮੇਰਾ ਬੱਬਰ ਸ਼ੇਰ ਇੱਕ ਵਾਰੀ ਫਿਰ ਅਕੀਲ ਹੈਦਰ ਅਕੀਲ ਕੈਸਾ ਫੀਲ ਹੋ ਰਿਹਾ ਹੈ ਨਈ ਜਗ੍ਹਾ ਪੇ ਵਿੱਕੀ ਸਾਹਿਬ ਨਹੀਂ ਤਾਂ ਨਹੀਂ ਹੈ ਲੇਕਿਨ ਇਹ ਹੈ ਕਿ ਹਮ ਕਾਫੀ ਅਰਸਾ ਉੱਧਰ ਗੁਜ਼ਾਰਿਆ ਇੱਧਰ ਵੀ ਹਮਨੇ ਤਕਰੀਬਨ ਜਬ ਵੀ ਆਏ ਹਾਂ ਸਾਲ ਦੋ ਸਾਲ ਲਗਾਏ ਲੇਕਿਨ ਫੀਲ ਇਹ ਹੈ ਕਿ ਮਿਸ ਤੋਂ ਹੋਤਾ ਹੈ ਇਤਨਾ ਹਾਏ ਮਿਸ ਤੋਂ ਕੰਮ ਕਰਕੇ ਬੰਦਾ ਆਏ ਤਾਂ ਉਹ ਜਗ੍ਹਾ ਯਾਦ ਤੋਂ ਆਤੀ ਹੈ ਉਂਚੀਅਤ ਹੋ ਜਾਤੀ ਹੈ ਲਗਾਵਟ ਹੋ ਜਾਤੀ ਹੈ ਹਾਂ ਲਗਾਵਟ ਹੋ ਜਾਤੀ ਹੈ ਤੋ ਮਾਸ਼ਾਅੱਲਾ ਇਹ ਉਹ ਵੀ ਥੀਏਟਰ ਆਪਣਾ ਹੈ ਇਹ ਵੀ ਆਪਣਾ ਹੈ ਤੋ ਡਾਕਟਰ ਅਜ਼ਮ ਮਲਿਕ ਸਾਹਿਬ ਨੇ ਬਹੁਤ ਪਿਆਰਾ ਡਰਾਮਾ ਤਿਆਰ ਕੀਆ ਹੈ ਗਾਓਂ ਕੀ ਗੋਰੀ ਜਿਸਮੇ ਹਮਾਰੀ ਭਰਪੂਰ ਵਹੀ ਮਹਿਫਲ ਵਾਲੀ ਟੀਮ ਹੈ ਇਸ ਟੀਮ ਮੇਂ ਕਾਮ ਕਰ ਰਹੇ ਹੈ ਬਹੁਤ ਅੱਛਾ ਫੀਲ ਹੋ ਰਿਹਾ ਹੈ ਇਧਰ ਆ ਕੇ ਇਨਸ਼ਾਅੱਲਾ ਤਾਲਾ ਪਹਿਲੇ ਵੀ ਯਹਾਂ ਬਹੁਤ ਕਾਮ ਕੀਆ ਹੈ ਔਰ ਜੈਸੇ ਵਹਾਂ ਮਿਹਨਤ ਸੇ ਡਰਾਮੇ ਕਰਤੇ ਥੇ ਇਧਰ ਵੀ ਕਰੇਂਗੇ ਵਿੱਕੀ ਸਾਹਿਬ ਮਾਸ਼ਾਅੱਲਾ ਹਮਾਰੇ ਸਾਥ ਹੈ ਯੇ ਹਕੀਮ ਕਾ ਰੋਲ ਕਰ ਰਹੇ ਹੈ ਔਰ ਬੜਾ ਮਜ਼ੇਦਾਰ ਹੈ ਵੀ ਯੇ ਗੈਟਅਪ ਕਰੇਂਗੇ ਜੇ ਦੇਖੋ ਹਮਨੇ ਕੀਆ ਯੇ ਅਰਸ਼ਦ ਭਾਟੀਆ ਸਾਹਿਬ ਹੈ ਹਮਾਰੇ ਚੋਲਸਤਾਨ ਕੇ ਵੋ ਗੋਟ ਕੇ ਸਰਦਾਰ ਕਾ ਰੋਲ ਕਰ ਰਹੇ ਹੈ ਜੀ ਜੀ ਔਰ ਇਤਨਾ ਪਿਆਰਾ ਡਰਾਮਾ ਹੈ ਇਨਸ਼ਾਅੱਲਾ ਤਾਲਾ ਆਪ ਲੁਤਫ ਅੰਦੋਜ਼ ਹੋਗੇ ਆਈਏ ਹਮਾਰੇ ਸਾਥ ਇੱਕ ਰਾਤ ਗੁਜ਼ਾਰੀਏ ਤੋ ਅਭੀ ਯੇ ਗੈਟਅਪ ਕਰੇਂਗੇ ਤੋ ਦੇਖਨੇ ਹਕੀਮ ਸਾਹਿਬ ਕੈਸੇ ਲੱਗਦੇ ਹੈ ਤੋ ਅੱਜ ਸੇ ਜੀ ਹਮਾਰੇ ਡਰਾਮੇ ਕਾ ਰਿਹਾ ਆਗਾਜ਼ ਔਰ ਅੱਜ ਫਸਟ ਡੇ ਹੈ ਪਹਿਲਾ ਦਿਨ ਹੈ ਮਾਰਾ ਬੜੀ ਮਿਹਨਤ ਕੀ ਪੂਰੀ ਟੀਮ ਨੇ ਰਿਹਰਸਲਸ ਔਰ ਦਿਨ ਰਾਤ ਇਹ ਕਰਕੇ ਜਨਾਬ ਹਾਂਜੀ ਪੂਰੀ ਸਟਰਗਲ ਕੇ ਸਾਥ ਪੂਰੀ ਸਟਰਗਲ ਕੇ ਸਾਥ ਤੋ ਇਨਸ਼ਾਅੱਲਾ ਇੱਕ ਮਿਆਰੀ ਡਰਾਮਾ ਹਮਨੇ ਤਿਆਰ ਕੀਆ ਆਪਣੀ ਸੀ ਕੋਸ਼ਿਸ਼ ਕੀ ਹਮ ਲੋਗੋਂ ਨੇ ਔਰ ਇਸਕਾ ਫੈਸਲਾ ਤੋ ਆਪ ਲੋਗੋਂ ਨੇ ਕਰਨਾ ਕਿਉਂਕਿ ਹਮਾਰੇ ਜੋ ਜੱਜ ਹੈ ਉਹ ਹਮਾਰੀ ਆਡੀਅੰਸ ਹੈ ਹਾਂ ਕਿਉਂ ਜੀ ਐਸੇ ਹੀ ਹੈ ਤੋ ਬੈਸਟ ਆਫ ਲੱਕ ਜੀ ਅਕੀਲ ਅਦਰ ਸਾਹਿਬ ਥੈਂਕ ਯੂ ਔਰ ਪਾਕਿਸਤਾਨ ਦੇ ਵਜੀ ਸਾਹਿਬ ਮੁਬਾਰਕਾਂ ਨੂੰ ਲਾਹੌਰ ਕੇ ਔਰ ਪਾਕਿਸਤਾਨ ਕੇ ਜਿਤਨੇ ਥੀਏਟਰ ਹੈ ਉਹ ਸਾਰੇ ਹਮਾਰੇ ਕਿਉਂਕਿ ਹਮਨੇ ਵਹੀਂ ਕੰਮ ਕਰ ਅਲਹਮਦੁਲਿਲਾ ਅਲਹਮਦੁਲਿਲਾ ਆਬਾਦ ਰਹੇ ਸਾਰੇ ਥੀਏਟਰ ਆਬਾਦ ਰਹੇ ਸਾਰੇ ਆਰਟਿਸਟ ਪਿਆਰ ਮੁਹੱਬਤ ਸੇ ਕੰਮ ਕਰਤੇ ਰਹੇ ਯਹੀ ਹਮਾਰੀ ਦੁਆ ਹੈ ਆਮੀਨ ਆਮੀਨ ਇਲਾਹੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਨਾਜ਼ਰੀਨ ਇਹ ਥੇ ਅਕੀਲ ਹੈਦਰ ਔਰ ਅਬ ਮੇਰੇ ਸਾਥ ਮੌਜੂਦ ਹੈ ਮੇਰੇ ਮੋਸਟ ਸੀਨੀਅਰ ਮੇਰੇ ਬੜੇ ਭਾਈ ਹਮਾਰੇ ਉਸਤਾਦੋਂ ਕੀ ਜਗ੍ਹਾ ਪੇ ਹਮਨੇ ਇਨਸੇ ਬਹੁਤ ਸਾਰਾ ਕੰਮ ਸੀਖਾ ਔਰ ਆਇੰਦਾ ਵੀ ਸਿੱਖ ਰਹੇ ਅੱਲਾ ਨੇ ਹਮੇਂ ਯੇ ਮੌਕਾ ਦੀਆ ਕਿ ਹਮ ਇਨਸੇ ਕੰਮ ਸੀਖੇ ਤੋ ਮੇਰੇ ਫੇਵਰੇਟ ਮੇਰੇ ਬੜੇ ਭਾਈ ਮੇਰੇ ਦੋਸਤ ਅਰਸ਼ਦ ਭਾਟੀਆ ਸਾਹਿਬ ਜੀ ਭਾਟੀਆ ਸਾਹਿਬ ਜੀ ਥੈਂਕ ਯੂ ਪਹਿਲੇ ਤੋਂ ਮੇਰੀ ਦੁਆ ਹੈ ਕਿ ਆਪਕਾ ਇਹ ਜੋ ਚੈਨਲ ਹੈ ਇਹ ਜੋ ਆਪਨੇ ਲਾਂਚ ਕੀ ਹੈ ਅੱਲਾ ਪਾਕ ਇਸਕੋ ਤਰੱਕੀ ਦੇ ਆਮੀਨ ਆਮੀਨ ਔਰ ਸਾਰੀ ਦੁਨੀਆ ਸੇ ਗੁਜ਼ਾਰਿਸ਼ ਹੈ ਕਿ ਇਸਕੋ ਜ਼ਰੂਰ ਦੇਖੀਗਾ ਕਿਉਂਕਿ ਵਿੱਕੀ ਸਾਹਿਬ ਵੈਰੀ ਟੈਲੈਂਟਡ ਔਰ ਬਹੁਤ ਨਾਈਸ ਬਹੁਤ ਨਾਈਸ ਐਕਟਰ ਤੋਂ ਹੈ ਲੇਕਿਨ ਇਨਸਾਨ ਵੀ ਬਹੁਤ ਅੱਛੇ ਇਨਕੇ ਚੈਨਲ ਕੋ ਮਿਸ ਨਾ ਕੀਜੀਏਗਾ ਇਹ ਆਪਕੀ ਮੁਹੱਬਤੇ ਹੈ ਅਕਸ਼ਰ ਭਾਈ ਆਪਕੀ ਦੁਆਏ ਹਮੇਸ਼ਾ ਹਮਾਰੇ ਸਾਥ ਰਹੀ ਹੈ ਆਪਕੀ ਬੈਸਟ ਵਿਸ਼ਿਜ਼ ਹਮੇਸ਼ਾ ਹਮਾਰੇ ਸਾਥ ਰਹੀ ਹੈ ਤੋ ਕੈਸਾ ਫੀਲ ਕਰ ਰਹੇ ਇੱਕ ਨਈ ਜਗ੍ਹਾ ਪੇ ਖੈਰ ਨਈ ਤੋਂ ਨਹੀਂ ਹੈ ਹਮਾਰੇ ਲਈ ਇਹ ਜਗ੍ਹਾ ਲੇਕਿਨ ਨਈ ਨਈ ਲੱਗ ਰਹੀ ਹੈ ਕਿਉਂਕਿ ਉਹ ਵਹਾਂ ਸੇ ਸ਼ਿਫਟ ਹੋ ਗਏ ਯਹਾਂ ਪੇ ਤੋ ਨਿਆ ਘਰ ਕੈਸਾ ਲੱਗ ਰਿਹਾ ਹੈ ਹਾਂ ਉਹ ਤੋਂ ਇੱਕ ਦੇਖੇ ਨਾ ਜੈਸੇ ਆਪ ਇੱਕ ਘਰ ਵੀ ਸ਼ਿਫਟ ਕਰੇ ਤੋ ਉਹ ਉਨਸੀਅਤ ਹੋ ਜਾਂਦੀ ਹੈ ਜਹਾਂ ਪਰ ਬਿਲਕੁਲ ਉਹ ਜੈਸਾ ਵੀ ਹੋ ਤੋ ਉਹ ਹਮਨੇ ਵਹਾਂ ਕਾਫੀ ਕੰਮ ਕੀਆ ਮਹਿਫਿਲ ਮੇਂ ਤੋ ਨਾਜ਼ ਮੇਂ ਆਏ ਹੈ ਨਾਜ਼ ਵੀ ਆਪਣਾ ਹੈ ਲੇਕਿਨ ਉਹ ਥੋੜਾ ਸਾ ਹੋਤਾ ਹੈ ਮੁਝੇ ਪਤਾ ਚਲਾ ਹੈ ਕਿ ਜੋ ਡਰੈਸਿਸ ਹੈ ਇਸ ਡਰਾਮੇ ਕੇ ਮਾਰੇ ਬੜੇ ਕੋਸਟਲੀ ਹੈ ਕਾਫੀ ਖਰਚਾ ਆਇਆ ਇਨ ਪੇ ਪ੍ਰੋਡਿਊਸਰ ਕਾ ਖਰਚਾ ਆਇਆ ਔਰ ਕਾਫੀ ਡਰੈਸਿਸ ਬਣੇ ਹੈ ਸਭ ਆਰਟਿਸਟੋਂ ਕੇ
और ये क्वालिटी रही है हमारे प्रोड्यूसर सैयद यूसुफ साहब की। सैयद यूसुफ साहब ने जी दिल खोल के खर्चा किया है। बिल्कुल बिल्कुल अच्छा। और डॉक्टर अजमल साहब ने बड़ा अच्छा ड्रामा तैयार किया है हमेशा की तरह, तो इंशाल्लाह ये पब्लिक को पसंद आएगा इंशाल्लाह। और हमारी दुआएं हैं, और आप हकीम हैं तो ऐसा इलाज करेंगे ड्रामे का, मुझे पता है कि ड्रामे को आराम आ जाएगा। ड्रामे को आराम आ जाएगा। थैंक यू सो मच पढ़िए, बहुत शुक्रिया, बहुत शुक्रिया, हमारी दुआएं आपके साथ, हमें दुआ में याद रखिएगा। थैंक यू सो मच सर।